प्रवासी मजदूर नू मारी गोली, हालत नाजुक। तरन तारण जिले के पिंड बेईपुई तो खंडूर साहिब जांदी सड़क ते देर रात प्रवासी मजदूर नू गड्डी सवार व्यक्तियां वल्लों गोली मारन दा मामला सामने आया, जिसनू इलाज लई खंडूर साहिब के हस्पताल ले जाया गया, जिथे उसकी हालत नाजुक वेख डॉक्टरों वल्लों अमृतसर के हस्पताल रैफर कर दिता है। मौके ते गोइंदवाल साहिब सब डिवीजन दे डीएसपी अरुण कुमार अते थाना मुखी सुखबीर सिंह वल्लों जांच शुरू कर दित्ती। सीसीटीवी कैमरे चेक किए जा रहे हैं। सोनू फतेहाबाद की विशेष रिपोर्ट। ਸੁਰਜੀਤ ਸਿੰਘ ਸਰਪੰਚ ਭਰਵਾਲ। ਹਾਂਜੀ, ਇਹ ਜਿਹੜੀ ਵਾਰਦਾਤ ਤੋਂ ਇੱਕ ਪ੍ਰਵਾਸੀ ਮਜ਼ਦੂਰ ਦੇ ਗੋਲੀ ਲੱਗੀ ਹੈ, ਕੀ ਮਾਮਲਾ ਜੀ ਸਰ? ਇਹ ਭਈਆ ਆ ਰਿਹਾ ਸੀਗਾ ਆਪਣੇ ਪੈਸੇ ਲਗਾ ਕੇ ਪਿੰਡ, ਜਿੱਦਾਂ ਉਹ ਭੇਜਦੇ ਨੇ ਆਪਣੇ ਬਿਹਾਰ 'ਚ। ਹਾਂਜੀ, ਅਤੇ ਉਹ ਇਹ ਆ ਰਿਹਾ ਸੀ ਰਸਤੇ 'ਤੇ, ਇਕੱਲਾ ਸੀਗਾ। ਇੱਧਰੋਂ ਅੱਗੇ ਉਹ ਗੱਡੀ ਆਈ ਆ, ਉਹ ਗੱਡੀ ਨੇ ਮਤਲਬ ਹੌਲੀ ਕਰਕੇ ਇਹਨੂੰ ਰੋਕਿਆ, ਇਹ ਭੱਜ ਕੇ ਖੇਤਾਂ ਨੂੰ ਹੋ ਗਿਆ, ਉਹਨਾਂ ਪਿੱਛੋਂ ਗੋਲੀ ਮਾਰੀ ਇਹਦੇ। ਇਹ ਆਪਣਾ ਖਡੂਰ ਸਾਹਿਬ ਮੋੜ ਤੋਂ, ਆਪਣਾ ਵਹੀਂ ਪੁਈ ਮੋੜ ਤੋਂ ਖਡੂਰ ਸਾਹਿਬ ਰੋਡ ਦੇ ਉੱਪਰ ਉਹਦੇ ਪਿੱਛੇ ਲੱਗੀ ਲੱਕ ਦੇ। ਹਾਲਤ ਉਹਨੂੰ ਲੈ ਗਏ ਜੀ ਉੱਥੇ ਆਪਣਾ ਮਨਦੀਪ ਹੋਸਪਿਟਲ ਲੈ ਗਏ, ਪਹੁੰਚ ਗਏ ਉੱਥੇ। ਹੁਣ ਦੇਖੋ ਕੀ ਬਣਦਾ। ਥੋੜ੍ਹਾ ਜਿਹਾ ਹੋਸ਼ 'ਚ ਹੈਗਾ ਸੀਗਾ, ਡੀ ਐੱਸ ਪੀ ਸਾਹਿਬ ਆਏ ਮੌਕੇ 'ਤੇ, ਐੱਸ ਐੱਚ ਓ ਸਾਹਿਬ ਸਾਰੇ ਆਏ ਅਤੇ ਕਰ ਰਹੇ ਆ ਮਾਮਲਾ, ਦੇਖ ਰਹੇ ਕੀ ਹੈਗਾ ਕਿੱਦਾਂ ਹੋਇਆ। ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ, ਇਹ ਤਾਂ ਜ਼ਿਆਦਾ ਕੋਈ ਨਸ਼ੇ ਦੀ ਦੇਣ ਕਹਿ ਸਕਦੇ ਹਾਂ ਆਪਾਂ, ਅਤੇ ਬਹੁਤ ਜ਼ਿਆਦਾ ਲੁੱਟ ਖੋਹ ਦੀਆਂ ਤੁਰੇ ਜਾਂਦੇ, ਦਿਨੇ ਵੀ ਹੋਈ ਜਾਂਦੀਆਂ, ਰਾਤ ਨੂੰ ਵੀ ਹੋਈ ਜਾਂਦੀਆਂ, ਅਤੇ ਇਹਦੇ 'ਤੇ ਨੱਥ ਪੈਣੀ ਚਾਹੀਦੀ ਹੈ ਇਹ ਚੀਜ਼ ਨੂੰ। ਪਰਮੋਦ ਉਹ ਆਪਣਾ ਜੋ ਸਾਥੀ ਹੈ ਵਿੱਚ, ਹਾਂ ਪਤਾ ਲੱਗਾ ਉਸ 'ਤੇ ਗੋਲੀ ਲੱਗਾ, ਕਹਾਂ ਲੱਗਾ ਥਾ ਗੋਲੀ? ਗੋਲੀ ਇਹ ਸਾਹਮਣੇ ਲੱਗਾ ਥਾ। ਨਹੀਂ, ਉਹ ਕਹਾਂ ਸੇ ਆ ਰਹਾ ਥਾ, ਕਹਾਂ ਜਾ ਰਹਾ? ਉਹ ਜੋ ਹੈ ਨਾ ਆਪਣਾ ਪਿੰਨ ਸੇ ਆ ਰਹਾ ਥਾ ਪੈਸਾ ਲਗਾ ਕੇ, ਔਰ ਉਸਕੋ ਬਾਅਦ ਉਹ ਆ ਰਹਾ ਥਾ ਅਕੇਲਾ, ਤੋ ਗੋਲੀ ਉਸਕੋ ਯਹੀਂ ਪਰ ਲਗਾ। ਹਮ ਲੋਗ ਗੋਲੀ ਕੀ ਆਵਾਜ਼ ਸੁਣਾ, ਇਹ ਨਹੀਂ ਪਤਾ ਸੇ ਉਹ ਹਮਾਰੇ ਬੰਦਾ ਹੈ, लेकिन आवाज़ सुना गोली को, तो हम लोग अचानक हुआ, वो चिल्ला रहा था, हम लोग आए तो देखे हैं साथ का बंदा है। नहीं, कहाँ पे लगा गोली? लगा कहाँ पे गोली? यहाँ पे है। ठीक है, अब वो कहाँ है? अभी अस्पताल है, कौन अस्पताल है अभी नहीं मालूम है। हाँ, आप पिंड कहाँ, कब जाना था आपने? पिंड कल सुबह जाने वाले थे, उसने भी आपके साथ ही जाना था? हाँ, सब सारे जने साथ जाने वाले थे। सर जी अज इतनी एक वारदात हुई है, कहते एक प्रवासी मजदूर जी गोली लगी, सर की मामला जी? सर ये सू इनफॉर्मेशन आई सी कुछ देर पहले कि ਸਾਨੂੰ ਤਾਂ ਇੰਨੀ ਇਨਫੋਰਮੇਸ਼ਨ ਆਈ ਕਿ ਕਿਸੇ ਵਿਅਕਤੀ ਨੂੰ ਕੋਈ ਗੋਲੀ ਲੱਗ ਗਈ। ਫਿਰ ਅਸੀਂ ਇੱਥੇ ਪਹੁੰਚੇ, ਇੱਥੇ ਆ ਕੇ ਪਤਾ ਕੀਤਾ, ਸਾਨੂੰ ਇਹ ਪਤਾ ਲੱਗਿਆ ਕੋਈ ਪ੍ਰਵਾਸੀ ਮਜ਼ਦੂਰ ਸੀ, ਅਤੇ ਉਹ ਇੱਕ ਕੋਈ ਗੱਡੀ ਆਈ ਹੈ, ਪਰ ਗੱਡੀ ਮਤਲਬ ਅਜੇ ਤੱਕ ਆਇਡੈਂਟੀਫਾਈਡ ਨਹੀਂ ਹੈਗੀ, ਅਤੇ ਗੱਡੀ ਨੇ ਆ ਕੇ ਅਤੇ ਉਹ ਲੜਕੇ 'ਤੇ ਗੋਲੀ ਮਾਰੀ ਅਤੇ ਗੱਡੀ ਭਜਾ ਕੇ ਲੈ ਗਏ। ਸਰ ਕੀ ਪ੍ਰਵਾਸੀ ਮਜ਼ਦੂਰ ਦਾ ਨਾਮ ਕੀ ਅਤੇ ਕਿੱਥੋਂ ਰਹਿਣ ਵਾਲਾ ਸੀ? ਦੇਖੋ, ਨਾਮ ਉਹਦਾ ਸੋ ਫਾਰ ਬੇਚੈਨ ਹੈਗਾ, ਲੜਕੇ ਦਾ ਪਤਾ ਲੱਗਿਆ, ਉਹਨਾਂ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ, ਬਿਕੋਜ਼ ਜਾਨ ਬਚਾਉਣੀ ਇਸ ਮੂਮੈਂਟ ਲਈ ਜ਼ਿਆਦਾ ਜ਼ਰੂਰੀ ਹੈ, ਅਤੇ ਬਾਕੀ ਅਸੀਂ ਮੌਕੇ 'ਤੇ ਤਫਤੀਸ਼ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਇੱਥੋਂ ਗਵਰਨਮੈਂਟ ਹੋਸਪਿਟਲ ਭੇਜ ਦਿੱਤਾ ਸੀ, ਗੁਰੂ ਨਾਨਕ ਦੇਵ ਹੋਸਪਿਟਲ। ਅਜੇ ਤਾਂ ਸਟੇਬਲ ਹੈ, ਬਟ ਦੇ ਆਰ ਔਨ ਦਾ ਵੇ ਟੂ ਹੋਸਪਿਟਲ। ਥੈਂਕ ਯੂ।